ਜਿਹੜਾ ਬੱਚਾ ਬਿਲਕੁਲ ਪਰਿਵਾਰ ਚ ਇਕੱਲਾ ਕੋਈ ਨਾ ਕੋਈ ਭੈਣ ਨਾ ਕੋਈ ਹੋਰ ਭਰਾ ਆ ਆਪਸ ਦੇ ਵਿੱਚ ਗੱਲ ਕਰਨ ਨੂੰ ਦੇਖੋ ਕਿੱਡੀ ਵੱਡੀ ਤਰਾਸ ਕੀ ਹੈ ਇਸ ਚੀਜ਼ ਦੀ ਰਿਸ਼ਤੇ ਖਤਮ ਹੀ ਹੋ ਗਏ ਭੂਆ ਨਹੀਂ ਰਹੀ ਮਾਸੀ ਨਹੀਂ ਰਹੀ ਮਾਮਾ ਨਹੀਂ ਰਿਹਾ ਚਾਚਾ ਨਹੀਂ ਰਿਹਾ ਤਾਇਆ ਨਹੀਂ ਰਿਹਾ ਠੀਕ ਹੈ ਇੱਕ ਤਾਂ ਵੈਸੇ ਗਰੀਬ ਲੋਕਾਂ ਨੇ ਇਸ ਚੀਜ਼ ਨੂੰ ਨਹੀਂ ਅਡਾਪਟ ਕੀਤਾ ਜਿਹੜੇ ਮਿਡਲ ਕਲਾਸ ਤੋਂ ਨੀਚੇ ਨੀਚੇ ਮਿਡਲ ਕਲਾਸ ਆ ਉੱਥੇ 4 4 5 5 6 6 ਬੱਚੇ ਹੋ ਰਹੇ ਆ ਜੀ ਹਾਂ ਜੀ ਇਹੀ ਅਪਰ ਕਲਾਸ ਨੇ ਔਰ ਖਾਸ ਕਰਕੇ ਇੱਕ ਕਮਿਊਨਿਟੀ ਜਿਵੇਂ ਆਪਾਂ ਕਵਾਂਗੇ ਜੱਟ ਸੀ ਕਮਿਊਨਿਟੀ ਹੈ ਈਵਨ ਕਿ ਹਿੰਦੂ ਕਮਿਊਨਿਟੀ ਜਿਵੇਂ ਬਾਨੀ ਨੇ ਜਾਂ ਦੂਸਰੇ ਨੇ ਉੱਥੇ ਵੀ ਇਹੀ ਪ੍ਰੋਬਲਮ ਹੈ ਇੱਕ ਇੱਕ ਬੱਚਾ ਹੋ ਗਿਆ ਅੱਗੇ ਮੇਰੇ ਮਦਰ ਇਨ ਲਾ ਹੋਈ 6 ਭੈਣ ਭਰਾ ਨੇ ਜੀ ਤਿੰਨ ਭੈਣਾਂ ਨੇ ਤਿੰਨ ਭਰਾ ਨੇ ਤਾਂ ਤੁਸੀਂ ਦੇਖੋ ਕਿ ਉਹਨਾਂ ਦੇ ਆਪ ਦੇ ਘਰ ਦੇ ਹੀ 100 ਬੰਦਾ ਇਕੱਠਾ ਹੋ ਜਾਂਦਾ ਉਹਨਾਂ ਨੂੰ ਜ਼ਰੂਰਤ ਨਹੀਂ ਪੈਂਦੀ ਵੀ ਕਿਸੇ ਬਾਹਰ ਵਾਲੇ ਜਦੋਂ ਕਿਸੇ ਕੋਈ ਫੰਕਸ਼ਨ ਕਰਦਾ ਜੀ ਤਾਂ ਦੇਖੋ ਜਦੋਂ ਉਹ ਵਧੀਆ ਪਾਲ ਗਏ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਸਾਰਾ ਕੁਝ ਹੋ ਗਿਆ ਬਹੁਤ ਵਧੀਆ ਹੈਗੇ ਨੇ ਮਤਲਬ ਇਹ ਅਸੀਂ ਆਪਣੀ ਜਨਰੇਸ਼ਨ ਨੂੰ ਘਟਾ ਲਿਆ ਹੈਗਾ